ਅਸਲਾਮੁਅਲੈਕਮ ਦੋਸਤੋ, ਕੈਸੇ? ਉਮੀਦ ਕਰਨ ਸਾਰੇ ਦੋਸਤ ਮਾਸ਼ਾਅੱਲਾ ਠੀਕ ਹੋਣਗੇ। ਅੱਜ ਤਿਲ ਛਲੇ ਹੋ ਰਹੇ ਆਪਣੇ, ਧੁੱਪ ਮਾਸ਼ਾਅੱਲਾ ਮੌਸਮ ਦਾ ਠੀਕ ਹੈਗਾ। ਕੱਲ੍ਹ ਵੀ ਧੁੱਪ ਸਹੀ ਨਿਕਲੀ ਸੀ, ਅੱਜ ਵੀ ਧੁੱਪ ਚੰਗੀ ਨਿਕਲੀ, ਗਰਮੀ ਚੰਗੀ ਸੀਗੀ। ਬਾਰਿਸ਼ਾਂ ਵਗੈਰਾ ਦਾ ਸਿਸਟਮ ਲੱਗਦਾ ਲੱਗ ਰਿਹਾ ਖਤਮ ਹੋ ਗਿਆ। ਲਗਾਤਾਰ 4-5 ਬਾਰਿਸ਼ਾਂ ਹੋ ਗਈਆਂ ਲਗਾਤਾਰ ਹੀ, ਦੂਸਰੇ ਦਿਨ ਸਿਸਟਮ ਹੁੰਦੀ ਰਹੀ ਹੈ। ਕਈ ਵਾਰ ਤਿਲ ਵਗੈਰਾ ਕਾਫੀ ਖਰਾਬ ਵੀ ਹੋਏ ਆ, ਥੱਲੇ ਕੁਝ ਕੀ ਕਿਰੇ ਸੀ ਜੰਮੇ ਪਏ ਆ ਤਿਲ ਵਗੈਰਾ, ਕੁਝ ਦਿਖਾਉਣੇ ਦੋਸਤਾਂ ਨੂੰ। ਔਰ ਅੱਜ ਸ਼ੈਲਰ ਵੀ ਹੋ ਰਹੇ ਆ, ਲੇਬਰ ਲੱਗੀ ਹੋਈ ਆ, ਜਿਹੜੇ ਡੇਰੇ ਪਏ ਸੀ ਅੱਜ ਸ਼ੈਲਰ ਹੋ ਚੱਲੇ, ਤੁਸੀਂ ਥੋੜ੍ਹੇ ਰਹਿ ਗਏ ਆ। ਬਾਕੀ ਸ਼ੈਲਰ ਹੋ ਰਹੀ ਦਿਖਾਉਣੇ ਦੋਸਤਾਂ ਨੂੰ, ਮਸ਼ੀਨ ਲੱਗੀ ਹੋਈ ਹੈ ਸ਼ੈਲਰ, ਸਪੈਸ਼ਲ ਟਾਈਪ ਮਸ਼ੀਨ ਆ, ਸ਼ੈਲਰ ਹੀ ਕਹਿੰਦੇ ਇਹਨੂੰ ਮਸ਼ੀਨ। ਔਰ ਲੇਬਰ ਵੀ ਲੱਗੀ ਹੋਈ ਹੈ ਦੋਸਤੋ, ਸਾਡੀ ਤਫਸੀਲ ਦਿਖਾਉਂਦੇ ਆ। ਔਰ ਦੱਸਦੇ ਆ ਦੋਸਤਾਂ ਨੂੰ ਕਿੰਨੇ ਕਿੱਲੇ ਦੇ ਹਿਸਾਬ ਨਾਲ ਜਾਂ ਮਣ ਦੇ ਹਿਸਾਬ ਨਾਲ ਲੇਬਰ ਚੱਲ ਰਹੀ ਹੈ, ਸਪੈਸ਼ਲ ਦਾ ਕਿਰਾਇਆ ਵਗੈਰਾ ਕਿੰਨਾ ਹੈਗਾ, ਬਾਕੀ ਮਜ਼ਦੂਰੀ ਵਗੈਰਾ ਕੀ ਚੱਲ ਰਹੀ ਹੈ, ਮਣ ਦਾ ਹਿਸਾਬ ਆ, ਕਿੱਲੇ ਦਾ ਹਿਸਾਬ ਆ, ਸਾਰੀ ਤਫਸੀਲ ਦੋਸਤਾਂ ਨੂੰ ਦੱਸਦੇ ਹਾਂ। ਵਲੌਗ ਐਂਡ ਤੱਕ ਵੇਖਿਆ ਜੇ, ਮੌਸਮ ਅੱਜ ਮਾਸ਼ਾਅੱਲਾ ਠੀਕ ਹੋ ਗਿਆ, ਧੁੱਪ ਚੁੱਪ ਨਿਕਲੀ ਹੈ, ਕੱਲ੍ਹ ਵੀ ਅੱਜ ਧੁੱਪ ਨਿਕਲੀ ਹੈ। ਅੱਜ ਦੁਪਹਿਰ 12 ਵਜੇ ਸ਼ੁਰੂ ਹੋਈ ਹੈ ਥਰੈਸ਼ਰ, ਇਹਦੇ ਨਾਲ ਸਾਰੀ ਥਰੈਸ਼ਰ ਕਰ ਲਈ ਹੈ, ਤਿਲ ਥਰੈਸ਼ਰ ਹੋ ਰਿਹਾ, ਸ਼ੈਲਰ ਬਿਲਕੁਲ ਸੁੱਕੇ ਪਏ ਆ, ਧੁੱਪ ਨਾ ਦੋ ਧੁੱਪਾਂ ਲੱਗ ਗਈਆਂ, ਬਿਲਕੁਲ ਕੜਕ ਗਏ ਆ, ਉੱਪਰ ਹੀ ਪਏ ਆ ਤਿਲ, ਬਿਲਕੁਲ ਓਪਨ ਹੋਏ ਪਏ ਬਾਹਰ, ਪੱਲੀ 'ਚ ਪਾ ਪਾ ਕੇ ਜਾਂਦੇ, ਫਿਰ ਵੀ ਨੀਚੇ ਕਿਰੀ ਜਾਂਦੇ ਆ, ਥੱਲੇ ਕਾਫੀ ਕਿਰੇ ਹੋਏ ਆ, ਜਦੋਂ ਪੱਲੀ ਪਾਉਂਦੇ ਉਦੋਂ ਕਿਰ ਜਾਂਦੇ ਆ ਨੀਚੇ। ਬਾਰਿਸ਼ਾਂ ਪੈਂਦੇ ਹੋਏ ਉਦੋਂ ਮੁਸਲਸਲ 4-5 ਬਾਰਿਸ਼ਾਂ ਹੋ ਗਈਆਂ ਮੁਸਲਸਲ, ਜਿੱਥੇ ਕਿਤੇ ਪਾਣੀ ਖੜਾ ਹੋਇਆ ਉੱਥੇ ਤਿਲ ਜੰਮੇ ਹੋਏ ਆ, ਥੱਲੇ ਕਿਰੇ ਪਏ ਸੀਗੇ, ਤਿਲ ਜੰਮ ਗਏ ਵਿੱਚ, ਇੱਥੇ ਪਾਣੀ ਕਿਤੇ ਖੜਾ ਹੋਇਆ ਕਾਫੀ ਜਗ੍ਹਾ, ਇੱਥੇ ਫੜ ਨੀਵਾਂ ਸੀ, ਪਾਣੀ ਖੜਾ ਹੋਇਆ ਤੇ ਜੰਮੇ ਹੋਏ ਕਾਫੀ ਸਾਰੇ, ਨੁਕਸਾਨ ਤੇ ਹੋਇਆ ਬਾਰਿਸ਼ ਨਾਲ। ਲੇਬਰ 7-8 ਜਣੇ ਹੈਗੇ ਆ, ਕੁਛ 4-5 ਜਣੇ ਜਿਹੜੇ ਤਿਲ ਵਗੈਰਾ ਚੁੱਕ ਚੁੱਕ ਲੈ ਕੇ ਜਾਂਦੇ ਆ ਉੱਧਰ, ਇਸ ਤਰ੍ਹਾਂ ਪੱਲੀਆਂ ਵਿਛਾ ਕੇ ਬੰਨ ਕੇ ਲੈ ਜਾਂਦੇ ਨੇ। ਸਾਹਮਣੇ ਮਸ਼ੀਨ ਚੱਲ ਰਹੀ ਹੈ, ਇੱਕ ਬੰਦਾ 2 ਬੰਦੇ ਗਾਲੇ ਲਾ ਰਹੇ ਉੱਥੇ ਵੀ, ਤਿਲ ਉਲਟੇ ਕਰਕੇ ਝਾੜ ਕੇ ਤਰਪਾਲ ਵਿਛਾਈ ਹੈ ਉੱਥੇ ਵੀ, ਝਾੜ ਕੇ ਉਹ ਦਾਣੇ ਕਿਰ ਜਾਂਦੇ, ਬਾਕੀ ਥਰੈਸ਼ ਸੁੱਟ ਦਿੰਦੇ ਕਿ ਨੀਚੇ ਕਿਰੇ ਦਾਣੇ ਫੈਂਡ ਤੇ ਉਹਨਾਂ ਨੂੰ ਕੱਢਣਗੇ ਥਰੈਸ਼ ਸਾਣੀ। ਡੇਰਾ ਮਾਸ਼ਾਅੱਲਾ ਸਾਰੇ ਫੜ ਉੱਤੇ ਖਿਲਾ ਰਹੇ ਸੀ ਤਿਲ, ਨਜ਼ਰ ਆ ਰਹੇ ਆ ਹੁਣ ਉੱਧਰੋਂ ਸਾਰੇ ਮਾਸ਼ਾਅੱਲਾ ਹੋ ਗਏ ਆ ਕਲੀਅਰ, ਸੁਬਹਾ ਦੀ ਮਸ਼ੀਨ ਚੱਲ ਰਹੀ ਆ 11-12 ਵਜੇ ਦੀ, ਇਹ ਇੱਧਰ ਰਹਿ ਗਿਆ ਥੋੜ੍ਹੇ ਜਿਹਾ, ਅਤੇ ਉਮੀਦ ਆ ਅਲਹਮਦੁਲਿਲਾ ਕੁਛ ਹੋਰ 2 ਘੰਟੇ ਲੱਗਣਗੇ ਜੀ, ਫਰਕ ਹੋ ਜਾਣਗੇ, ਸਪੀਡ ਜ਼ਰਾ ਸਲੋ ਹੋ ਨਾ, ਕਣਕ ਦਾ ਹਿਸਾਬ ਹੋਰ ਹੁੰਦਾ ਵਾ, ਕਣਕ ਦੇ ਥਰੈਸ਼ਰ ਜ਼ਿਆਦਾ ਨਿਬੇੜਾ ਕਰਦੀ, ਇਹਨਾਂ ਦਾ ਜ਼ਰਾ ਤਨਾ ਮੋਟਾ ਹੁੰਦਾ ਤੇਲ ਦਾ, ਇਸ ਵਾਸਤੇ ਉਹ ਜ਼ੋਰ ਜ਼ਿਆਦਾ ਲੱਗਦਾ, ਟਰੈਕਟਰ ਦਾ ਗਾਲਾ ਥੋੜ੍ਹਾ ਲਾਉਂਦੇ ਆ, ਜ਼ਰਾ ਦੇਰ ਕਾਫੀ ਲੱਗ ਜਾਂਦੀ ਹੈ, ਹੋਰ 2 ਘੰਟੇ ਲੱਗਣਗੇ ਇਨਸ਼ਾਅੱਲਾ ਹੋ ਜਾਏ ਕਲੀਅਰ। ਬੰਦਾ ਗਾਲਾ ਲਾ ਰਿਹਾ, ਪੂਲੀ ਚੁੱਕਦਾ ਇੱਕ, ਉਹਨੂੰ ਡੰਡੇ ਨਾਲ ਜ਼ਰਾ ਚੰਗੀ ਤਰ੍ਹਾਂ ਝਾੜ ਕੇ, ਤਿਲ ਵਗੈਰਾ ਥੱਲੇ ਘਿਰ ਜਾਂਦੇ, ਤਰਪਾਲ ਥੱਲੇ ਵੀ ਛਾਈ ਹੋਈ ਆ, ਅਤੇ ਕੁਛ ਰਹਿ ਵੀ ਜਾਂਦੇ ਵੀ ਜੋ ਥਰੈਸ਼ ਸਣੀ ਕੱਢ ਦਿੰਦੇ ਆ। ਤਰਪਾਲ ਥੱਲੇ ਵੀ ਛਾਈ ਆ, ਕਾਫੀ ਤਿਲ ਜਮ੍ਹਾਂ ਹੋ ਜਾਣੇ ਇੱਥੇ, ਕਿਉਂਕਿ ਝਾੜੀ ਜਾਂਦੇ ਉੱਥੇ ਤਿਲ ਜਿਹੜੇ, ਬਾਕੀ ਥੋੜ੍ਹੇ ਬੋਝ ਵਿੱਚ ਰਹਿ ਜਾਂਦੇ ਉਹ ਥਰੈਸ਼ ਸਣੇ ਨਿਕਲ ਜਾਂਦੇ, ਬਾਕੀ ਐਂਡ 'ਤੇ ਫਿਰ ਜਿਹੜਾ ਤਰਪਾਲ ਤੋਂ ਜਮ੍ਹਾਂ ਹੋਏ ਆ ਥਰੈਸ਼ ਵਿੱਚੋਂ ਕੱਢਣਗੇ, ਸਾਫ਼ ਹੋ ਜਾਣਗੇ ਦਾਣੇ। ਇਹ ਤੂੜੀ ਛੂੜੀ ਬਣ ਰਹੀ ਹੈ ਇੱਧਰ, ਜਿਹੜੀ ਕੁੱਟਲ ਨਿਕਲ ਰਿਹਾ ਤਿਲਾਂ ਦਾ, ਕੁੱਟਲ ਵਗੈਰਾ ਇਹ ਥਰੈਸ਼ਰ ਲੈ ਜਾਂਦੇ ਆ।
ਬਾਕੀ ਰਹੀ ਨਾ ਜੀ ਮਜ਼ਦੂਰੀ ਦੀ ਗੱਲ, ਮਜ਼ਦੂਰੀ ਆਪਾਂ ਸਿਰਫ ਇਹਨਾਂ ਦੇਣਾ ਕੁੱਟਲ ਜਿਹੜਾ ਤੂੜੀ ਬਣ ਰਹੀ ਆ, ਤਿਲਾਂ ਦੀ ਜਿਹੜੀ ਤੂੜੀ ਬਣ ਰਹੀ ਆ ਉਹੀ ਇਹਨਾਂ ਨੂੰ ਦੇਣੀ ਆ ਕੁੱਟਲ ਜਿਹਾ ਮਜ਼ਦੂਰੀ ਦੇ ਵਿੱਚ, ਉਹ ਲੈ ਕੇ ਇਹਨਾਂ ਨੇ ਆਪਾਂ ਨੂੰ ਸਿਰਫ ਸ਼ੈਲਰ ਕਰਕੇ ਦੇਣੇ ਆ। ਅੱਗੇ ਆ ਲੇਬਰ ਇਹਨਾਂ ਨੇ ਆਪਣੀ ਬਣਾਈ ਹੋਈ ਆ, ਲੇਬਰ ਨੂੰ ਮੁੰਡਿਆਂ ਨਾਲ ਡਿਸਕਸ ਹੋਈ ਆ ਲੇਬਰ ਵਾਲਿਆਂ ਨਾਲ, ਉਹ ਕਹਿੰਦੇ ਸਾਨੂੰ 2500 ਰੁਪਏ ਕਿੱਲੇ ਦਾ ਹਿਸਾਬ ਦੇਣਾ। ਬਾਕੀ ਥ੍ਰੈਸ਼ਰ ਵਾਲਿਆਂ ਦਾ ਜੋੜ ਸਿਸਟਮ ਉਹਨਾਂ ਦਾ ਹੀ, ਆਪਾਂ ਸਿਰਫ ਇਹਨਾਂ ਨੂੰ ਕੁੱਟਲ ਦੇਣਾ, ਅੱਗੇ ਉਹਨਾਂ ਦੀ ਲੇਬਰ ਸ਼ੇਬਰ ਉਹਨਾਂ ਦੀ। ਠੀਕ ਹੋ ਗਿਆ ਦੋਸਤੋ, ਆਪਣਾ ਖਿਆਲ ਰੱਖਿਆ ਜੇ, ਅੱਲਾ ਨਿਗਹਿਬਾਨ।